ਦੇ ਟਾਈਮ ਦੇ ਵਿੱਚ ਕਿਉਂਕਿ ਸਾਨੂੰ ਵਿੰਟਰ 'ਚ ਅਸੀਂ ਅਕਸਰ ਹੀ ਕਹਿੰਦੇ ਹਾਂ ਕਿ ਸਰਦੀ ਹੋ ਰਹੀ ਆ, ਖਾਂਸੀ ਹੋ ਰਹੀ ਆ, ਇਹਦੇ 'ਚ ਕੀ ਲਈਏ, ਇਹਦੇ 'ਚ ਅਸੀਂ ਕਹਿੰਦੇ ਹਾਂ ਕਿ ਅਦਰਕ ਦਾ ਚਾਹ ਬਣਾ ਲਓ, ਅਦਰਕ ਦਾ ਯੂਨੋ ਜੂਸ ਕੱਢ ਕੇ ਉਹਦੇ 'ਚ ਹਨੀ 'ਚ ਲੈ ਕੇ ਲੈ ਲਓ। ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਨੂੰ ਅਕਸਰ ਤੁਹਾਡਾ ਢਿੱਡ ਖਰਾਬ ਹੋ ਜਾਂਦਾ, ਈਜ਼ੀਲੀ ਖਰਾਬ ਹੋ ਜਾਂਦਾ, ਨੋਟ ਅਕਸਰ, ਈਜ਼ੀਲੀ ਖਰਾਬ ਹੋ ਜਾਂਦਾ, ਤਾਂ ਤੁਸੀਂ ਕੀ ਕਰ ਸਕਦੇ ਹੋ, ਅਦਰਕ ਲਓ ਜਿੰਨਾ ਵੀ ਤੁਸੀਂ ਲੈਣਾ ਚਾਹੁੰਦੇ ਹੋ, ਜਿੰਨੇ ਵੀ ਕੁਆਂਟਿਟੀ 'ਚ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ। ਉਹਦੇ ਨਾ ਪਤਲੀਆਂ ਪਤਲੀਆਂ ਜਿੱਦਾਂ ਆਪਾਂ ਫਾਂਕਾਂ ਨਹੀਂ ਕੱਟ ਲਈ ਦੀਆਂ ਹੁੰਦੀਆਂ, ਨੋਟ ਜੂਲੀਅਨ ਜੂਲੀਅਨਸ, ਪਰ ਉਹਦੀ ਪਤਲੀਆਂ ਸਲਾਈਸਿਸ ਕੱਟ ਲਓ, ਉਹਨੂੰ ਬਿਲਕੁਲ ਕਿਸੇ ਕੱਚ ਦੇ ਜਾਰ 'ਚ ਪਾ ਕੇ ਥੋੜ੍ਹਾ ਜਿਹਾ ਉੱਪਰੋਂ ਜਾਰ ਖਾਲੀ ਛੱਡ ਦਿਉ, ਤਾਂ ਕਿ ਉਹਦੇ ਵਿੱਚ ਤੁਸੀਂ ਵਿਨੇਗਰ ਪਾਉਣਾ ਜਿਹੜਾ ਉਹ ਪੈ ਸਕੇ। ਉਹਦੇ 'ਤੇ ਪਹਿਲਾਂ ਤੁਸੀਂ ਅਦਰਕ ਪਾਓ ਕੱਟ ਕੇ ਪਤਲਾ ਪਤਲਾ, ਫਿਰ ਇੱਕ ਚਮਚਾ ਭਰ ਕੇ ਤੁਸੀਂ ਨਮਕ ਦਾ ਪਾਓ, ਅਤੇ ਉਹਦੇ ਉੱਪਰ ਤੁਸੀਂ ਪਾ ਦਿਉ ਸਿਰਕਾ, ਔਰ ਉਹਨੂੰ ਰੱਖ ਦਿਉ ਇੱਕ ਪਾਸੇ। ਔਰ ਜਦੋਂ ਵੀ ਤੁਸੀਂ ਦਾਲ ਸਬਜ਼ੀ ਖਾਂਦੇ ਹੋ, ਤੁਹਾਨੂੰ ਲੱਗਦਾ ਕਿ ਨਾ ਥੋੜ੍ਹੀ ਜਿਹੀ ਤਬੀਅਤ ਡਿੱਗੀ ਡਿੱਗੀ ਜੀ ਹੈ, ਜਾਂ ਮੂੰਹ ਦਾ ਸਵਾਦ ਖਰਾਬ ਹੋਇਆ ਹੋਇਆ ਆ, ਜਾਂ ਨੱਕ ਕੁਛ ਸੁੱਕਾ ਗਿੱਲਾ ਲੱਗ ਰਿਹਾ ਆ, ਤੁਸੀਂ ਦੋ ਤਿੰਨ ਫਾਂਕਾਂ ਕੱਢ ਕੇ ਅਚਾਰ ਦੀਆਂ, ਉਹਦੇ ਨਾਲ ਤੁਸੀਂ ਸਬਜ਼ੀ ਦੇ ਨਾਲ ਖਾਣਾ ਸ਼ੁਰੂ ਕਰੋ। ਤੁਹਾਡਾ ਸਟਮਿਕ ਬਹੁਤ ਬਿਹਤਰ ਹੋਣਾ ਸ਼ੁਰੂ ਹੋ ਜੂਗਾ, ਤੁਹਾਨੂੰ ਪਤਾ ਹੀ ਨਹੀਂ ਲੱਗੂਗਾ ਕਿ ਕੋਈ ਮੇਰਾ ਮੂੰਹ ਖਰਾਬ ਸੀ ਜਾਂ ਨਹੀਂ ਸੀ। ਔਰ ਆਟੋਮੈਟਿਕਲੀ ਜਿਹੜਾ ਅਦਰਕ ਹੁੰਦਾ ਆ, ਉਹ ਜਦੋਂ ਅਸੀਂ ਇਹਨੂੰ ਕੱਚੀ ਆਲਮੋਸਟ ਕੱਚੀ ਫੋਰਮ 'ਚ ਹੁੰਦਾ ਹੈ, ਕੱਚੀ ਫੋਰਮ 'ਚ ਜਦੋਂ ਸਾਡੇ ਢਿੱਡ ਦੇ ਅੰਦਰ ਜਾਂਦਾ ਹੈ, ਤਾਂ ਸਾਡੇ ਢਿੱਡ ਦੀ ਜਿਹੜੀ ਹੈ ਨਾ, ਡਾਈਜੈਸ਼ਨ ਦੀ ਪਾਵਰ ਨੂੰ ਵਧਾ ਦਿੰਦਾ, ਤੁਹਾਨੂੰ ਡਾਈਜੈਸਟ ਵਧੀਆ ਤਰੀਕੇ ਨਾਲ ਕਰ ਦਿੰਦਾ। ਸੋ ਅਦਰਕ ਬੈਸਟ ਆ, ਤੁਸੀਂ ਉਹਨੂੰ ਜ਼ਰੂਰ ਬਣਾ ਕੇ ਰੱਖੋ। ਜੇ ਮੈਂ ਆਪਣੀ ਗੱਲ ਕਰਾਂ ਤਾਂ ਅੱਜ ਮੇਰੀ ਕਿਚਨ ਦੇ ਵਿੱਚ 24/7 ਅਦਰਕ ਦਾ ਇੱਕ ਅਚਾਰ ਇਹੋ ਜਿਹਾ ਆ ਜਿਹੜਾ ਮੈਂ ਬੜੇ ਸ਼ੌਕ ਨਾਲ ਖਾਂਦੀ ਹਾਂ, ਔਰ ਹਮੇਸ਼ਾ ਰਹਿੰਦਾ ਹੀ ਆ। ਔਰ ਹਰ ਕੋਈ ਜਿਹੜਾ ਆਉਂਦਾ ਨਾ, ਦਿਲ ਕੰਮ ਦਿੰਦੇ ਸੀ, ਓਕੇ ਅਦਰਕ ਹੈਗਾ ਤੁਹਾਡੇ ਘਰ? ਸੋ ਅਦਰਕ ਜਿਹੜਾ ਨਾ, ਇਵੇਂ ਦਾ ਅਚਾਰ ਆ, ਤੁਸੀਂ ਹਮੇਸ਼ਾ ਰੱਖੋਗੇ, ਔਰ ਹਮੇਸ਼ਾ ਤੁਹਾਨੂੰ ਕਦੇ ਵੀ ਇੱਦਾਂ ਨਹੀਂ ਲੱਗੂਗਾ ਕਿ ਬਹੁਤ ਤਿੱਖਾ ਆ ਜਾਂ ਬਹੁਤ ਘੱਟ। ਇਟਸ ਵੈਰੀ ਨਿਊਟਰਲ ਜਿਹਾ ਟਾਈਪ ਦਾ ਅਚਾਰ ਬਣ ਜਾਂਦਾ, ਪਰ ਬਹੁਤ ਹੀ ਅਸਰਦਾਇਕ ਬਣਦਾ ਆ। ਜਿਨ੍ਹਾਂ ਨੂੰ ਕੋਲੈਸਟ੍ਰੋਲ ਦੀ ਪ੍ਰੋਬਲਮ ਆ, ਉਹ ਇਸੇ ਅਦਰਕ ਦੇ ਵਿੱਚ ਲਸਣ ਵੀ ਪਾ ਦਿਓ, ਤਾਂ ਉਹ ਇੱਕ ਲਸਣ ਦੀ ਤੂਰੀ ਕੱਢ ਕੇ ਸਵੇਰੇ ਸਵੇਰੇ ਜਿਹੜੀ ਸਿਰਕੇ 'ਚ ਭਿਉਂਤੀ ਹੋਈ ਆ, ਤੁਸੀਂ ਉਹ ਖਾਣੀ ਸ਼ੁਰੂ ਕਰੋ, ਉਹਦੇ ਨਾਲ ਤੁਹਾਨੂੰ ਹੋਰ ਫਾਇਦਾ ਹੀ ਫਾਇਦਾ ਆ। ਉਸੇ 'ਚ ਤੁਸੀਂ ਆਪਣੀ ਹਲਦੀ ਕੱਚੀ ਲਿਆ ਕੇ ਉਹ ਪਾ ਲਓ, ਅਦਰਕ ਵਾਂਗੂ ਕੱਟ ਕੇ। ਅਦਰਕ ਵਾਂਗੂ ਕੱਟ ਕੇ, ਯੈਸ।